ਲਗਾਤਾਰ ਹੀ ਦੇਖਿਆ ਜਾ ਸਕਦਾ ਕਿ ਸਟੀਲ ਦੀਆਂ ਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ, ਜਿਸ ਕਾਰਨ ਜਿਹੜੀਆਂ ਇੰਡਸਟਰੀਆਂ ਨੇ ਘਾਟੇ ਦੇ ਵਿੱਚ ਜਾਂਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਨੇ। ਤਾਂ ਹੁਣ ਦੇਖਿਆ ਜਾ ਸਕਦਾ ਕਿ ਹਲੇ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਹੋਈ ਹੈ ਅਤੇ ਅਚਾਨਕ ਹੀ ਇਹ ਜਿਹੜੀਆਂ ਸਟੀਲ ਦੀਆਂ ਕੀਮਤਾਂ ਨੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ, ਜਿਸ ਦਾ ਸਿੱਧਾ ਅਸਰ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਦੇ ਉੱਪਰ ਪੈਂਦਾ ਹੋਇਆ ਦਿਖਾਈ ਦੇ ਰਿਹਾ। ਤਾਂ ਦੱਸ ਦਈਏ ਕਿ ਸਟੀਲ ਪ੍ਰਾਈਸ ਜਿਹੜਾ ਅਚਾਨਕ ਹੀ ਇਸਦੇ ਵਿੱਚ ਵੱਡੀ ਹਾਈਕ ਹੋਈ ਹੈ। ਫੈਕਟਰੀਆਂ ਦੇ ਵਿੱਚ 55,000 ਰੁਪਏ ਪ੍ਰਤੀ ਟਨ ਸਟੀਲ ਦੀਆਂ ਕੀਮਤਾਂ ਪਹੁੰਚ ਚੁੱਕੀਆਂ ਨੇ, ਉੱਥੇ ਰਿਟੇਲ ਵਿੱਚ ਇਹ ਕੀਮਤਾਂ 69,000 ਤੋਂ ਵੀ ਪਾਰ ਹੋ ਗਈਆਂ ਨੇ। ਉੱਥੇ ਹੀ ਸਕ੍ਰੈਪ ਦਾ ਲੋਹਾ 50,000 ਰੁਪਏ ਪ੍ਰਤੀ ਟਨ ਤੱਕ ਪਹੁੰਚ ਚੁੱਕਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਕੀਮਤਾਂ ਸਥਿਰ ਰਹਿਣ ਤੋਂ ਬਾਅਦ ਚੋਣਾਂ ਵਿੱਚ ਕੋੜ ਲੱਗਣ ਤੋਂ ਇਕਦਮ ਬਾਅਦ ਸਟੀਲ ਕੀਮਤਾਂ ਵਿੱਚ ਵਾਧਾ ਹੋਇਆ। ਇਸਦਾ ਅਸਰ ਹੁਣ ਜਿਹੜੀਆਂ ਇੰਡਸਟਰੀਆਂ ਨੇ ਉਹਨਾਂ ਦੇ ਉੱਪਰ ਪੈਣਾ ਸ਼ੁਰੂ ਹੋ ਚੁੱਕਿਆ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿੰਨਾ ਕੁ ਅਸਰ ਜਿਹੜਾ ਇਹਨਾਂ ਇੰਡਸਟਰੀਜ਼ ਦੇ ਉੱਪਰ ਪੈ ਰਿਹਾ। ਤਾਂ ਦੱਸ ਦਈਏ ਕਿ AITF ਯਾਨੀ ਆਲ ਇੰਡਸਟਰੀਜ਼ ਅਤੇ ਟ੍ਰੇਡ ਫੋਰਮ ਦੇ ਕੌਮੀ ਪ੍ਰਧਾਨ ਬਾਦੀਸ਼ ਜਿੰਦਲ ਨੇ ਕਿਹਾ ਕਿ ਸਟੀਲ ਦੀਆਂ ਕੀਮਤਾਂ ਵਧਣ ਦੇ ਨਾਲ ਸਿੱਧੇ ਤੌਰ 'ਤੇ ਸਾਈਕਲ ਇੰਡਸਟਰੀ ਨੂੰ ਇਸਦਾ ਅਸਰ ਝੱਲਣਾ ਪਵੇਗਾ। ਇਸ ਤੋਂ ਇਲਾਵਾ ਘਰਾਂ ਵਿੱਚ ਵਰਤੇ ਜਾਣ ਵਾਲੇ ਸਰੀਏ ਦੀਆਂ ਕੀਮਤਾਂ ਵਿੱਚ ਵੀ ਇਜਾਫਾ ਹੋਇਆ। ਉਹਨਾਂ ਕਿਹਾ ਕਿ ਜਿਸ ਥਾਂ ਉੱਤੇ ਵੀ ਲੋਹੇ ਦੀ ਵਰਤੋਂ ਹੁੰਦੀ ਹੈ ਉਸ ਹਰ ਕਾਰੋਬਾਰ ਵਿੱਚ ਇਸਦਾ ਅਸਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਪਿਛਲੇ ਲਗਾਤਾਰ ਇੱਕ ਹਫ਼ਤੇ ਤੋਂ ਲਗਭਗ 5,000 ਰੁਪਏ ਪ੍ਰਤੀ ਟਨ ਸਟੀਲ ਦੀਆਂ ਕੀਮਤਾਂ ਵਿੱਚ ਇਜਾਫਾ ਹੋਇਆ। ਉਹਨਾਂ ਦੱਸਿਆ ਕਿ ਇਸ ਸਾਲ ਸਾਈਕਲ ਦੀ ਕੀਮਤ 200 ਰੁਪਏ ਤੋਂ ਲੈ ਕੇ 300 ਰੁਪਏ ਤੱਕ ਵਧਣ ਦੇ ਆਸਾਰ ਵੀ ਜਿਹੜੇ ਨੇ ਦੇਖੇ ਜਾ ਸਕਦੇ ਨੇ। ਇੰਨਾ ਹੀ ਨਹੀਂ, ਜਿਹੜੀ ਪ੍ਰੋਡਕਸ਼ਨ ਹੈ ਪ੍ਰੋਡਕਸ਼ਨ ਦੇ ਉੱਪਰ ਵੀ ਇਸਦਾ ਕਾਫ਼ੀ ਜ਼ਿਆਦਾ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ। ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਮੈਨੂਫੈਕਚਰਿੰਗ ਪਾਰਟਸ ਐਸੋਸੀਏਸ਼ਨ UCPMA ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਹੋਣ ਦੇ ਨਾਲ ਪੰਜਾਬ ਦੀ ਸਨਅਤ ਦੇ ਇਸਦਾ ਅਸਰ ਵੇਖਣ ਨੂੰ ਮਿਲ ਰਿਹਾ। ਚੋਣਾਂ ਦੇ ਮੱਦੇਨਜ਼ਰ ਪਹਿਲਾਂ ਹੀ ਕੰਮਕਾਰ ਬਹੁਤ ਘੱਟ ਹੈ ਅਤੇ ਹੁਣ ਲੇਬਰ ਵੀ ਆਪੋ ਆਪਣੇ ਸੂਬਿਆਂ ਦੇ ਵਿੱਚ ਵੋਟ ਪਾਉਣ ਕਰਕੇ ਵਾਪਸ ਜਾ ਰਹੀ ਹੈ, ਕਿਉਂਕਿ ਹੋਰਨਾਂ ਸੂਬਿਆਂ ਦੇ ਵਿੱਚ ਵੋਟਿੰਗ ਪੰਜਾਬ ਤੋਂ ਪਹਿਲਾਂ ਹੋਣੀ ਹੈ। ਤਾਂ ਦੇਖਿਆ ਜਾ ਸਕਦਾ ਹੈ ਕਿ ਵੱਖ ਵੱਖ ਸੈਕਟਰ ਜਿਹੜੇ ਨੇ ਉਸਦੇ ਉੱਪਰ ਕਾਫੀ ਜ਼ਿਆਦਾ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ। ਇਸ ਤੋਂ ਇਲਾਵਾ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਪਹਿਲਾਂ ਹੀ ਪ੍ਰੋਡਕਸ਼ਨ ਘਟੀ ਹੋਈ ਸੀ ਅਤੇ ਹੁਣ ਹੋਰ ਘੱਟ ਗਈ ਹੈ। ਉਹਨਾਂ ਕਿਹਾ ਕਿ ਲੋਹੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਆ ਰਹੇ ਉਤਾਰ ਚੜਾਅ ਕਰਕੇ ਕਾਰੋਬਾਰੀ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਕਿਹਾ ਕਿ ਪਹਿਲਾਂ ਲੋਹੇ ਦੀਆਂ ਕੀਮਤਾਂ ਸਾਲ ਵਿੱਚ 2 ਜਾਂ 3 ਵਾਰ ਵਧਦੀਆਂ ਸੀ, ਪਰ ਹੁਣ ਸਵੇਰ ਦੀ ਕੀਮਤ ਕੁਝ ਹੋਰ ਅਤੇ ਸ਼ਾਮ ਦੀ ਕੀਮਤ ਕੁਝ ਹੋਰ ਹੁੰਦੀ ਹੈ। ਕੀਮਤਾਂ ਦੇ ਵਿੱਚ ਸਥਿਰਤਾ ਨਹੀਂ ਹੈ, ਇੱਥੋਂ ਤੱਕ ਕਿ ਸਕ੍ਰੈਪ ਦੇ ਲੋਹੇ ਦੀ ਕੀਮਤ ਵਿੱਚ ਵੀ ਵਾਧਾ ਹੋਇਆ। ਤਾਂ ਦੱਸ ਦਈਏ ਕਿ ਇਸਦਾ ਚੋਣਾਂ ਦੇ ਉੱਪਰ ਵੀ ਜਿਹੜਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਅਤੇ AITF ਯਾਨੀ ਆਲ ਇੰਡਸਟਰੀਜ਼ ਅਤੇ ਟ੍ਰੇਡ ਫੋਰਮ ਦੇ ਕੌਮੀ ਪ੍ਰਧਾਨ ਬਾਦੀਸ਼ ਜਿੰਦਲ ਦੇ ਵੱਲੋਂ ਕਿਹਾ ਗਿਆ ਕਿ ਚੋਣਾਂ ਦੇ ਵਿੱਚ ਅਕਸਰ ਹੀ ਸਟੀਲ ਕੰਪਨੀਆਂ ਆਪਣੀਆਂ ਮਨਮਾਨੀਆਂ ਕਰਦੀਆਂ ਨੇ ਅਤੇ ਕੀਮਤਾਂ ਦੇ ਵਿੱਚ ਮਰਜ਼ੀ ਦੇ ਨਾਲ ਇਜਾਫਾ ਕਰ ਦਿੰਦੀਆਂ ਨੇ। ਉਹਨਾਂ ਕਿਹਾ ਕਿ ਚੋਣਾਂ ਵਿੱਚ ਉਹ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਦੇਣ ਦੇ ਲਈ ਇਹ ਸਭ ਕਰਦੀਆਂ ਨੇ। ਉਹਨਾਂ ਨੂੰ ਇਹ ਲੱਗ ਰਿਹਾ ਕਿ ਚੋਣਾਂ ਵਿੱਚ ਜਾਣ ਬੁੱਝ ਕੇ ਇਹ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਨੇ, ਕਿਉਂਕਿ
ਕੋਈ ਮੋਨੀਟਰਿੰਗ ਨਹੀਂ ਕਰਦਾ, ਜਿਸ ਦਾ ਨੁਕਸਾਨ ਸਿੱਧੇ ਤੌਰ 'ਤੇ ਕਾਰੋਬਾਰੀਆਂ ਨੂੰ ਝੱਲਣਾ ਪੈਂਦਾ। ਬਦੀਸ਼ ਜਿੰਦਲ ਨੇ ਅੱਗੇ ਕਿਹਾ ਕਿ ਅਸੀਂ ਕਈ ਵਾਰ ਮਨ ਕਰ ਚੁੱਕੇ ਹਾਂ ਕਿ ਸਟੀਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਰੈਗੂਲੇਟਰੀ ਕਮਿਸ਼ਨ ਬਣਨਾ ਚਾਹੀਦਾ, ਪਰ ਲੰਬੇ ਸਮੇਂ ਤੋਂ ਸਾਡੀ ਚੱਲੀ ਆ ਰਹੀ ਇਸ ਮੰਗ ਵੱਲ ਕੋਈ ਵੀ ਗੌਰ ਨਹੀਂ ਫਰਮਾ ਰਿਹਾ। ਉਹਨਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਫੈਕਟਰੀਆਂ ਬੰਦ ਹੋ ਜਾਣਗੀਆਂ ਅਤੇ ਕੰਮ ਨਹੀਂ ਚੱਲੇਗਾ, ਕਿਉਂਕਿ ਜਾਣ ਬੁੱਝ ਕੇ ਲੋਹੇ ਦੀ ਸ਼ੋਰਟੇਜ ਵਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ, ਲੋਹਾ ਬਲੈਕ ਹੋਣਾ ਸ਼ੁਰੂ ਹੋ ਗਿਆ। ਤਾਂ ਦੇਖਿਆ ਜਾ ਸਕਦਾ ਹੈ ਕਿ ਚਾਈਨਾ ਦੀ ਮਾਰ ਵੀ ਜਿਹੜੀ ਹੈ ਉਹ ਵੀ ਲਗਾਤਾਰ ਹੀ ਕਾਰੋਬਾਰੀਆਂ ਨੂੰ ਕਾਫੀ ਜ਼ਿਆਦਾ ਚੱਲਣੀ ਪੈ ਰਹੀ ਹੈ। AITF ਯਾਨੀ ਆਲ ਇੰਡਸਟਰੀਜ਼ ਅਤੇ ਟ੍ਰੇਡ ਫੋਰਮ ਦੇ ਕੌਮੀ ਪ੍ਰਧਾਨ ਬਾਦੀਸ਼ ਜਿੰਦਲ ਨੇ ਸਵਾਲ ਖੜੇ ਕਰਦੇ ਹੋਏ ਪੁੱਛਿਆ ਕਿ SMS ਆਉਣ ਤੋਂ ਬਾਅਦ ਕੀਮਤਾਂ ਵਿੱਚ ਇਜਾਫਾ ਹੋਇਆ। ਉਹਨਾਂ ਕਿਹਾ ਕਿ ਭਾਰਤ ਵਿੱਚ ਉਲਟਾ ਕੰਮ ਕਿਵੇਂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਚੀਨ ਵਿੱਚ ਲੋਹੇ ਦੀਆਂ ਕੀਮਤਾਂ ਵਿੱਚ ਕਟੌਤੀ ਆ ਰਹੀ ਹੈ ਅਤੇ ਸਾਡੇ ਦੇਸ਼ ਵਿੱਚ ਲੋਹਾ ਲਗਾਤਾਰ ਹੀ ਮਹਿੰਗਾ ਹੋ ਰਿਹਾ। ਅਜਿਹੇ ਵਿੱਚ ਉਹਨਾਂ ਕਿਹਾ ਕਿ ਜਦੋਂ ਕੀਮਤਾਂ ਵਿੱਚ ਇਜਾਫਾ ਹੋਵੇਗਾ ਤਾਂ ਜ਼ਾਹਿਰ ਤੌਰ 'ਤੇ ਮੈਨੂਫੈਕਚਰਿੰਗ ਵੀ ਵਧੇਗੀ, ਪ੍ਰੋਡਕਸ਼ਨ ਉੱਤੇ ਇਸਦਾ ਅਸਰ ਵੇਖਣ ਨੂੰ ਮਿਲੇਗਾ। ਉਹਨਾਂ ਕਿਹਾ ਕਿ ਚਾਈਨਾ ਦਾ ਮਾਲ ਪਹਿਲਾਂ ਹੀ ਵੱਡੀ ਪੱਧਰ 'ਤੇ ਇੰਡੀਆ ਦੇ ਵਿੱਚ ਇੰਪੋਰਟ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਕੀਮਤਾਂ ਵਧਣ ਦੇ ਨਾਲ ਇੰਪੋਰਟ ਹੋਰ ਵਧੇਗੀ। ਇਸ ਦੇ ਨਾਲ ਹੀ ਭਾਰਤ ਦੀ ਪ੍ਰੋਡਕਸ਼ਨ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚੇਗਾ। ਉਹਨਾਂ ਕਿਹਾ ਕਿ ਕੀਮਤਾਂ ਸਥਿਰ ਹੋਣੀਆਂ ਚਾਹੀਦੀਆਂ ਨੇ ਅਤੇ ਲਗਾਤਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਚਾਈਨਾ ਭਾਰਤ ਦੇ ਪ੍ਰੋਡਕਟ ਨੂੰ ਮਾਤ ਦੇ ਰਿਹਾ, ਨਾ ਸਿਰਫ ਕੌਮਾਂਤਰੀ ਪੱਧਰ 'ਤੇ ਸਗੋਂ ਕੌਮੀ ਪੱਧਰ 'ਤੇ ਵੀ ਹੁਣ ਚਾਈਨਾ ਤੋਂ ਵੱਡੇ ਪੱਧਰ ਤੋਂ ਇੰਪੋਰਟ ਕਰਵਾਈ ਜਾ ਰਹੀ ਹੈ, ਜਿਸ ਉੱਤੇ ਠੱਲ ਪਾਉਣੀ ਇਸ ਵੇਲੇ ਕਾਫੀ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ। ਤਾਂ ਦੇਖਿਆ ਜਾ ਸਕਦਾ ਕਿ ਕੁੱਲ ਮਿਲਾ ਕੇ ਸਟੀਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣ ਦੇ ਨਾਲ ਇਸਦਾ ਕਾਫੀ ਜ਼ਿਆਦਾ ਅਸਰ ਇੰਡੀਆ ਦੇ ਵਿੱਚ ਪ੍ਰੋਡਕਸ਼ਨ ਦੇ ਉੱਪਰ ਪੈਂਦਾ ਹੋਇਆ ਦੇਖਿਆ ਜਾ ਸਕਦਾ। ਇਸ ਦੇ ਨਾਲ ਹੀ ਕਾਰੋਬਾਰੀ ਵੀ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ।